ਅਮਲੀਆ ਇੰਨਾ ਚਿਰ ਹੋ ਗਿਆ ਤੇਰੇ ਕੋਲ ਬੈਠੀ ਨੂੰ, ਸਾਰੀਆਂ ਗੱਲਾਂ ਬਾਤਾਂ ਆਪਾਂ ਵੋਟਾਂ ਦੀਆਂ ਕਰ ਲਈਆਂ, ਇੱਕ ਗੱਲ ਤਾਂ ਕਰਨੇ ਭੁੱਲ ਗਈ, ਤੁਹਾਡੀ ਪਾਰਟੀ ਦਾ ਚੋਣ ਨਿਸ਼ਾਨ ਕੀ ਆ? ਉਹ ਚੋਣ ਨਿਸ਼ਾਨ ਉਹ ਇਹ ਆ ਸਾਡੀ, ਇਹ ਵੀ ਸਾਡੀ ਜਿਹੜੀ ਪਾਰਟੀ ਉਹ ਮਾਨਤਾ ਪ੍ਰਾਪਤ ਪਾਰਟੀ ਨਹੀਂ। ਆਹੋ, ਹੁਣ ਜਿਵੇਂ ਕਾਂਗਰਸ ਨੂੰ ਮਿਲ ਗਿਆ 50, ਆਹੋ, ਤੇ ਅਕਾਲੀਆਂ ਨੂੰ ਮਿਲ ਗਈ ਤੱਕੜੀ ਤੱਕੜੀ, ਤੇ ਬੀਜੇਪੀ ਨੂੰ ਮਿਲ ਗਿਆ ਫੁੱਲ, ਬੀਐਸਪੀ ਨੂੰ ਮਿਲ ਗਿਆ ਹਾਥੀ, ਤੇ ਇਸ ਕਰਕੇ ਸਾਡੇ ਤਾਂ ਚੋਣ ਨਿਸ਼ਾਨ ਏਦਾਂ ਦੇ ਹੀ ਆ। ਨਾ ਤੁਹਾਡੇ ਕੀ ਕੀ ਚੋਣ ਨਿਸ਼ਾਨ ਆ? ਉਹ ਕਿਸੇ ਨੂੰ ਬਾਜਾ ਮਿਲ ਗਿਆ, ਕਿਸੇ ਨੂੰ ਢੋਲਕ ਮਿਲ ਗਈ, ਕਿਸੇ ਨੂੰ ਤੂੰਬੀ ਮਿਲ ਗਈ, ਕਿਸੇ ਨੂੰ ਖੰਜਰੀ ਮਿਲ ਗਈ, ਕਿਸੇ ਨੂੰ ਚਮਟਾ ਮਿਲ ਗਿਆ। ਅੱਛਾ, ਹੁਣ ਇੱਕ ਸੰਤਿਏ ਸਾਡਾ ਕੈਂਡੀਡੇਟ ਆ, ਉਹਨੂੰ ਮਿਲਿਆ ਚੋਣ ਨਿਸ਼ਾਨ ਟੋਕਾ। ਵੇ ਮਰ ਜਾਣਿਆ ਮਸ਼ੀਨ ਵਾਲਾ ਟੋਕਾ। ਪ੍ਰਮਸਤਕਾਰੀਓ ਮੇਰੇ ਦੋਸਤੋ, ਮੇਰਾ ਚੋਣ ਨਿਸ਼ਾਨ ਹੈ ਟੋਕਾ। ਮੈਂ ਅੱਜ ਇਸ ਟੋਕੇ ਬਾਰੇ ਤੁਹਾਨੂੰ ਇਹਦੀਆਂ ਟੋਕੇ ਦੀਆਂ ਸਿਫਤਾਂ ਦੱਸ ਰਿਹਾ। ਮੇਰੇ ਨਾਲ ਦੇ ਪਿੰਡ ਹੈ ਸੱਜਣ ਦੀ, ਟੋਕੇ 'ਚ ਆ ਕੇ ਬਾਂਹ ਕੱਟੀ ਗਈ। ਇਸ ਨੂੰ ਸਰਕਾਰ ਵੱਲੋਂ ਹੈਂਡੀਕੈਪਟ ਬੇਸ 'ਤੇ ਮੈਂ ਪੱਕੀ ਨੌਕਰੀ ਲਵਾਤੀ, ਅਤੇ ਹੈ ਨਾ ਕਰਮਾਂ ਵਾਲਾ ਟੋਕਾ। ਦੋਸਤੋ, ਇਹ ਕੁੱਤੇ ਵਾਲੇ ਸਰਦਾਰਾਂ ਦਾ ਸਿਰੀ ਸੀ, ਇਸ ਲਾਂਘਾ ਕੁਦਰਦਿਆਂ ਟੋਕੇ ਦੇ ਵਿੱਚ ਆ ਕੇ ਬਾਂਹ ਕੱਟੀ ਗਈ, ਅਤੇ ਇਹਨੂੰ ਸਰਕਾਰ ਵੱਲੋਂ ਮੈਂ ਖੋਤਾ ਅਤੇ ਰੇੜਾ ਲੈ ਕੇ ਦਿੱਤਾ, ਹੈ ਨਾ ਕਰਮਾਂ ਵਾਲਾ ਟੋਕਾ। ਅੱਜ ਸਾਡੇ ਲੰਬੜਾਂ ਦੀ ਨੋਹ ਵੀਰੀ ਪੱਠੇ ਕੁਦਰਦਿਆਂ ਦੀ ਵਿਚਾਰੀ ਦੀ ਵਿੱਚ ਟੋਕੇ ਦੇ ਗੁੱਤ ਆ ਗਈ, ਅਤੇ ਇਹਨੂੰ ਸਰਕਾਰ ਵੱਲੋਂ ਪੱਕੀ ਨੌਕਰੀ ਆਂਗਣਵਾੜੀ ਦੇ ਵਿੱਚ ਦਵਾਈ ਗਈ, ਅਤੇ ਹੈ ਨਾ ਕਰਮਾਂ ਵਾਲਾ ਟੋਕਾ। ਇਸੇ ਕਰਕੇ ਮੈਂ ਕਹਿੰਦਾ ਦੋਸਤੋ, ਜੇ ਕਿਸੇ ਦੀ ਲੱਤ ਬਾਂਹ ਟੋਕੇ ਦੇ ਵਿੱਚ ਆਉਂਦੀ ਹੈ ਹੈਂਡੀਕੈਪਟ ਬੇਸ 'ਤੇ, ਤੁਸੀਂ ਨੌਕਰੀਆਂ ਪਾਓ। ਇਹ ਟੋਕੇ ਦੀ ਕਾਮਯਾਬੀ ਅਤੇ ਤੁਹਾਡੀ ਵੀਰੋ ਆਪਣੀ ਕਾਮਯਾਬੀ ਹੈ।